ਧਨਾਸਰੀ ਮਹਿਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਘਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਬਦ, ਜਿਨ੍ਹਾਂ ਦਾ ਪਾਠ ਆਪ ਸ਼੍ਰਵਣ ਕਰ ਰਹੇ ਹੋ, ਜਿਨ੍ਹਾਂ ਦੀ ਵਿਚਾਰ ਕਰ ਰਹੇ ਹੋ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆਪਣਾ ਅਨੁਭਵ ਹੈ। ਕਿਉਂਕਿ ਉਹਨਾਂ ਨੇ ਇੱਕ ਅਕਾਲ ਪੁਰਖ ਨੂੰ ਮੰਨਿਆ ਅਤੇ ਮੰਨਣ ਦੀ ਸਿੱਖਿਆ ਦਿੱਤੀ। ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਤਥਾ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਭਗਤ ਸਾਹਿਬਾਨ ਦੀ ਬਾਣੀ ਵਿੱਚੋਂ ਸਾਨੂੰ ਸਭਨਾ ਪ੍ਰਾਣੀਆਂ ਨੂੰ ਇੱਕੋ ਸਿੱਖਿਆ ਮਿਲਦੀ, ਭਾਈ ਇੱਕ ਪਰਮਾਤਮਾ ਦਾ ਸਿਮਰਨ ਕਰੋ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ, ਪ੍ਰਭ ਸਿਮਰਤ ਕਚ ਵਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ। ਪਾਤਸ਼ਾਹ ਜੀ ਦਾ ਆਪਣਾ ਅਨੁਭਵ ਆਪਣਾ ਤਜਰਬਾ ਵੀ ਹੈ, ਇਸ ਲਈ ਉਹ ਆਪਣੀ ਬਾਣੀ ਵਿੱਚ ਜਗ੍ਹਾ ਜਗ੍ਹਾ ਸਾਨੂੰ ਸਮਝਾਉਂਦੇ ਨੇ, ਪ੍ਰੇਰਨਾ ਕਰਦੇ ਨੇ। ਅਤੇ ਸੁਖਮਨੀ ਸਾਹਿਬ ਦੀ ਬਾਣੀ ਜੇ ਧਿਆਨ ਨਾਲ ਪੜ੍ਹ ਲਈ, ਉਹਦੇ ਵਿੱਚ ਤਾਂ ਹਰ ਗੱਲ ਨੂੰ ਗੁਰੂ ਮਹਾਰਾਜ ਨੇ ਇਤਨਾ ਖੋਲ੍ਹ ਕੇ ਸਮਝਾਇਆ। ਫਰਮਾਉਂਦੇ ਨੇ, ਜਨ ਲਾਗਾ ਹਰ ਇੱਕ ਹੈ ਨਾਏ, ਜਿਸ ਕੀ ਆਸ ਨ ਬਿਰਥੀ ਜਾਏ। ਜਿਹੜਾ ਸੇਵਕ ਹਰੀ ਦੇ ਨਾਮ ਨਾਲ ਲੱਗ ਗਿਆ, ਜਿਸ ਨੇ ਪਰਮਾਤਮਾ ਦਾ ਓਟ ਆਸਰਾ ਤੱਕ ਲਿਆ, ਪਰਮਾਤਮਾ ਕਦੇ ਉਸਦੀ ਕਿਸੇ ਆਸ ਨੂੰ ਅਜਾਈ ਨਹੀਂ ਜਾਣਦਾ। ਪਰ ਕੁਝ ਸ਼ਰਤਾਂ ਜ਼ਰੂਰ ਹਨ। ਜਨ ਲਾਗਾ ਹਰ ਏਕੈ ਨਾਏ, ਜਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕੋ ਸੇਵਾ ਬਨ ਆਈ,
ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਬਹਿ ਨਿਰਵੈਰ, ਅਨ ਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲ। ਜੇ ਗੁਰਬਾਣੀ ਵਿੱਚੋਂ ਪ੍ਰਮਾਣ ਮਿਸਾਲਾਂ ਦੇਣ ਲੱਗੀ ਤੋ ਅਨੇਕਾਂ ਪ੍ਰਮਾਣ ਮੌਜੂਦ ਨੇ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਜਾ ਕਉ ਮੁਸ਼ਕਲ ਅਤ ਬਣੇ, ਢੋਈ ਕੋਏ ਨ ਦੇ, ਲਾਗੂ ਹੋਏ ਦੁਸ਼ਮਣਾਂ, ਸਾਖ ਵੀ ਭੱਜ ਖਲੇ। ਪਰਮਾਤਮਾ ਨਾ ਕਰੇ ਜੇ ਕਿਸੇ ਦੀ ਇਹ ਅਵਸਥਾ ਬਣ ਜਾਏ, ਚਾਰੇ ਪਾਸਿਓਂ ਮੁਸ਼ਕਲ ਨਾਲ ਘਿਰ ਜਾਏ। ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੁੱਖ ਵੇਲੇ ਤਾਂ ਸਾਰੇ ਸਾਥੀ ਹੁੰਦੇ ਨੇ, ਸਭ ਕਹਿੰਦੇ ਨੇ ਅਸੀਂ ਤੇਰੇ ਮਿੱਤਰ ਹਾਂ, ਅਸੀਂ ਤੇਰੇ ਰਿਸ਼ਤੇਦਾਰ ਹਾਂ। ਪਰ ਪਤਾ ਉਦੋਂ ਲੱਗਦਾ ਜਦੋਂ ਕੋਈ ਮੁਸ਼ਕਲ ਬਣ ਜਾਏ। ਸਾਡੇ ਇੱਕ ਆਮ ਮੁਹਾਵਰਾ ਵੀ ਕਿਹਾ ਜਾਂਦਾ, ਯਾਰੀ ਪਰਖੀ ਹੈ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ। ਮਿੱਤਰਤਾ ਤਾਂ ਉਸ ਔਖੇ ਵੇਲੇ ਹੀ ਪਰਖੀ ਜਾਂਦੀ, ਪਰ ਦੁਨਿਆਵੀ ਸੰਬੰਧਾਂ ਵਿੱਚ ਅਸੀਂ ਰੋਜ਼ ਦੇਖਦੇ ਹਾਂ ਜਦੋਂ ਕੋਈ ਬੰਦਾ ਮੁਸ਼ਕਲਾਂ ਵਿੱਚ ਘਿਰ ਜਾਂਦਾ, ਕੋਈ ਸਾਥੀ ਸੱਜਣ ਨਹੀਂ ਬਣਦਾ, ਬਲਕਿ ਲੋਕ ਮੂੰਹ ਫੇਰ ਲੈਂਦੇ, ਰਸਤਾ ਛੱਡ ਕੇ ਤੁਰ ਜਾਂਦੇ। ਮਤਾਂ ਸਾਨੂੰ ਇਹ ਆਵਾਜ਼ ਨਾ ਮਾਰ ਲੈ, ਮਤਾਂ ਸਾਨੂੰ ਇਹਦੀ ਕੋਈ ਇਮਦਾਦ ਨਾ ਕਰਨੀ ਪੈ। ਪਰ ਜਿਹੜਾ ਪਰਮਾਤਮਾ ਦਾ ਮਿੱਤਰ ਬਣੇ, ਜਿਹੜਾ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਵੇ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਖ ਵੀ ਭੱਜ ਖਲੇ। ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਉ, ਚਿੱਤ ਆਵੈ ਉਸ ਪਾਰ ਬ੍ਰਹਮ, ਤਾਂ ਲਗੈ ਨਾ ਤਤੀ ਵਾਹੋ, ਤਾਤੀ ਵਾਹੋ ਨਾ ਲਾਗਈ, ਪਾਰ ਬ੍ਰਹਮ ਸ਼ਰਨਾਈ। ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ, ਏਕਾ ਲਿਵਲਾਈ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਜ ਮਿਟਾਈ। ਕਉ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਇਹੋ ਜਿਹੇ ਅਨੇਕਾਂ ਪਾਵਨ ਸ਼ਬਦ ਅਸੀਂ ਪੜ੍ਹਦੇ ਅਤੇ ਗੁਰੂ ਅਰਜੁਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤਾਂ ਗੁਰੂ ਦੀ ਕਿਰਪਾ ਦੇ ਨਾਲ ਜਿਸ ਦਿਨ ਦਾ ਪਰਮਾਤਮਾ ਦਾ ਭਲਾ ਫੜਿਆ, ਮੈਨੂੰ ਹੁਣ ਨਿਸ਼ਚਾ ਹੋ ਗਈ। ਪ੍ਰਭ ਸਿਉਂ ਲਾਗ ਰਹੋ ਮੇਰਾ ਜੀਤ,
ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ। ਆਖਿਆ ਮੇਰਾ ਮਿੱਤਰ ਪਰਮਾਤਮਾ ਧੰਨ ਧੰਨ ਕਹਿਣ ਦੇ ਯੋਗ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਆਖਿਆ ਉਹ ਮੇਰਾ ਮਿੱਤਰ ਐਸਾ ਕਿ ਉਹ ਔਖੀ ਘੜੀ ਆਪਣੇ ਸੇਵਕ ਨੂੰ ਵੇਖਣ ਨਹੀਂ ਦਿੰਦਾ। ਆਪਣੇ ਸੇਵਕ ਹੀ ਆਪੇ ਰੱਖ ਆਪੇ ਨਾਮ ਜਪਾਵੇ, ਜਾਂ ਜਾਂ ਕਾਜ ਕਰ ਸੇਵਕ ਹੀ ਤਾਂ ਤਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਤੋ ਇਸ ਤਰ੍ਹਾਂ ਦੀ ਸ਼ਰਧਾ ਅਤੇ ਭਾਵ ਪੂਰਕ ਭਾਵਨਾ ਦੇ ਨਾਲ ਗੁਰਬਾਣੀ ਵਿੱਚੋਂ ਅਨੇਕਾਂ ਸ਼ਬਦ ਸਾਨੂੰ ਮਿਲਦੇ ਹਨ ਜੋ ਸਾਡਾ ਵਿਸ਼ਵਾਸ ਭਰੋਸਾ ਬਣਾਉਂਦੇ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉਂ ਲਾਗੀ, ਦੁੱਖ ਦਰਦ ਪ੍ਰਮਤਾ ਕਾ ਭਾਗੀ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਬੜੇ ਹੀ ਪਿਆਰ ਭੇਜੇ ਮਨ ਨਾਲ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਗਤੀ ਪਹਿਲੇ ਪਦ ਵਿੱਚ ਫਰਮਾਉਂਦੇ ਨੇ। ਮੇਰਾ ਲਾਗੋ ਰਾਮ ਸਿਉਂ ਹੇਤ। ਹੁਣ ਅਖਰੀ ਅਰਥ ਕੋਈ ਔਖੇ ਨਹੀਂ, ਹੇਤ ਸ਼ਬਦ ਹਿੱਤ ਤੋਂ ਬਣੇ। ਹੁਣ ਮੇਰਾ ਪਿਆਰ ਉਸ ਪਰਮਾਤਮਾ ਨਾਲ ਲੱਗ ਗਿਆ ਜਿਹੜਾ ਰਾਮ ਹੈ, ਜ਼ਰੇ ਜ਼ਰੇ ਵਿੱਚ ਕਣ ਕਣ ਵਿੱਚ ਸਮਾਇਆ, ਜਿਹੜਾ ਜਲ ਥਲ ਮਈਅਲ ਪੂਰਿਆ, ਸਵਾਮੀ ਸਿਰਜਨ ਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਜਿਹਦੀ ਸਿਫਤ ਸਲਾਹ ਵਿੱਚ ਸਾਰੀ ਗੁਰਬਾਣੀ ਅੰਦਰ ਬੇਅੰਤ ਸ਼ਬਦ ਆਉਂਦੇ ਹਨ, ਜਿਹਨਾਂ ਵਿੱਚ ਮਹਾਰਾਜ ਪਰਮਾਤਮਾ ਦੀ ਸਰਵ ਸ਼ਕਤੀ ਮਾਨਤਾ ਅਤੇ ਸਭ ਜਗ੍ਹਾ 'ਤੇ ਸਹਾਇਤਾ ਕਰਨ ਦੀ ਸਮਰੱਥਾ ਦਾ ਵਰਣਨ ਕਰਦੇ। ਆਖਿਆ ਚਤੁਰ ਦਿਸਾ ਕਿਨੂੰ ਬਲ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕਿਨੂੰ, ਦਾਸ ਕਾ ਦੂਖ ਵਿਧਾਰਿਓ ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ ਰਾਹੋ, ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ, ਇਆਂ ਉਵਾਂ ਸੱਚ ਹੋਵੇ। ਤੋ ਮੇਰਾ ਲਾਗੋ ਰਾਮ ਸਿਉਂ ਹੇਤ। ਹੁਣ ਅਸੀਂ ਆਪਣੇ ਅੰਦਰ ਝਾਤ ਮਾਰੀ ਸਾਡਾ ਪਰਮਾਤਮਾ ਨਾਲ ਕਿੰਨਾ ਕੁ ਪਿਆਰ ਹੈ, ਸਾਡੇ ਪਿਆਰ ਦੀ ਤਸਵੀਰ ਵੀ ਪਾਤਸ਼ਾਹ ਨੇ ਦੱਸੀ ਕਿ
ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਬਹਾਈ ਕਿਸੇ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਹਾਈ ਹਮਾਰਾ ਧੜਾ ਹਰ ਰਿਹਾ ਸਮਾਈ। ਹੁਣ ਅਸੀਂ ਆਪਣੇ ਅੰਦਰ ਚਾਹਤ ਮਾਰ ਕੇ ਦੇਖੀ ਕਿ ਸਾਡਾ ਪਿਆਰ ਕਿੱਧਰ ਹੈ, ਅਸੀਂ ਆਪਣਾ ਰਿਸ਼ਤਾ ਕਿਹਦੇ ਨਾਲ ਜੋੜਿਆ। ਕੋਈ ਆਉਂਦਾ ਮੇਰੇ ਮਿੱਤਰ ਬੜੇ ਤਗੜੇ ਨੇ, ਕੋਈ ਆਉਂਦਾ ਮੇਰੇ ਪੁੱਤਰ ਬੜੇ ਜਵਾਨ ਨੇ, ਕੋਈ ਆਉਂਦਾ ਮੇਰੇ ਭਰਾ ਬੜੇ ਤਾਕਤਵਰ। ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਬਹਾਈ ਕਿਸੇ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਕਈਏ ਡੀਂਗਾ ਮਾਰਦੇ ਨੇ ਸਾਡੇ ਕੁੜਮ ਬੜੇ ਤਕੜੇ, ਸਾਡਾ ਜਵਾਈ ਬੜਾ ਪਹੁੰਚ ਵਾਲਾ। ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਕੋਈ ਆਉਂਦਾ ਪਿੰਡ ਦਾ ਨੰਬਰਦਾਰ, ਪਿੰਡ ਦਾ ਚੌਧਰੀ, ਪਿੰਡ ਦਾ ਸਰਪੰਚ ਮੇਰਾ ਮਿੱਤਰ, ਪਰ ਮਹਾਰਾਜ ਕਹਿੰਦੇ ਨਾ ਭਾਈ, ਮੈਂ ਤਾਂ ਸਭ ਨੂੰ ਛੱਡ ਕੇ ਹਮਾਰਾ ਧੜਾ ਹਰ ਰਿਹਾ ਸਮਾਈ। ਅਸੀਂ ਇਹਨਾਂ ਝੂਠੇ ਧੜਿਆਂ ਵਿੱਚ ਨਹੀਂ ਲੱਗੇ, ਕਿਉਂਕਿ ਜਿਹੜੇ ਝੂਠੇ ਧੜਿਆਂ ਨਾਲ ਲੱਗਣਗੇ ਉਹਨਾਂ ਨੂੰ ਪਛਤਾਉਣਾ ਪਵੇ। ਜੇ ਸੱਚਾ ਧੜਾ ਸੱਚਾ ਮਿੱਤਰ ਕੋਈ ਹੈ ਤਾਂ ਉਹ ਪਰਮਾਤਮਾ, ਜਿਹੜਾ ਹਰ ਸਮੇਂ ਹਰ ਜਗ੍ਹਾ ਪਹੁੰਚ ਸਕਦਾ, ਸਹਾਇਤਾ ਕਰ ਸਕਦਾ। ਤੋ ਇਸ ਪਾਵਨ ਸ਼ਬਦ ਦੀ ਪਹਿਲੀ ਪੰਗਤੀ ਵਿੱਚ ਜੋ ਰਹਾਓ ਦੀ ਪੰਗਤੀ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮੇਰਾ ਲਾਗੋ ਰਾਮ ਸਿਉਂ ਹੇਤ, ਸਤਿਗੁਰ ਮੇਰਾ ਸਦਾ ਸਹਾਈ। ਇਸ ਕਾਰਜ ਵਿੱਚ ਮੇਰੀ ਸਹਾਇਤਾ ਕਿਸ ਨੇ ਕੀਤੀ? ਮੇਰੇ ਸਤਿਗੁਰੂ ਨੇ, ਕਿਉਂਕਿ ਸਤਿਗੁਰੂ ਕੋਲ ਜਦੋਂ ਜਾਓਗੇ, ਸਤਿਗੁਰੂ ਦੀ ਬਾਣੀ ਜਦੋਂ ਪੜ੍ਹਾਂਗੇ, ਇਹਦੇ ਵਿੱਚ ਤਾਂ ਇੱਕ ਪਰਮਾਤਮਾ ਦੀ ਹੀ ਸਿਫਤ ਆ, ਅਤੇ ਪਰਮਾਤਮਾ ਤੋਂ ਉੱਤੇ ਕੋਈ ਹੈ ਹੀ ਨਹੀਂ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਤੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਆਖਿਆ ਮੈਨੂੰ ਪਰਮਾਤਮਾ ਦੇ ਨਾਲ ਜੋੜਿਆ ਕਿਸ ਨੇ? ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਆਖਿਆ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਸੰਤ ਕਹੋ, ਮਹਾਂਪੁਰਖ ਕਹੋ, ਸਤਿਗੁਰੂ ਕਹੋ, ਉਹਨਾਂ ਨੇ ਸਾਡੀ ਸਹਾਇਤਾ ਕੀਤੀ। ਸੰਤ ਸਹਾਈ ਰਾਮ ਕੇ, ਪਰ ਸੰਤ ਵੀ ਉਹ ਹੋਣ ਜਿਹੜੇ ਰਾਮ ਦੇ ਸੰਤ ਹੋਣ। ਖਿਮਾ ਕਰਨਾ, ਕਈ ਵਾਰੀ ਕਈ ਸੰਤ ਸੇਵੀ ਗੁਰਮੁਖਾਂ ਨੂੰ ਬੜੀ ਤਕਲੀਫ ਹੁੰਦੀ, ਕਿਉਂ ਜੀ ਸੰਤਾਂ ਦੀ ਨਿੰਦਿਆ ਕਿਉਂ ਕੀਤੀ ਜਾ? ਨਹੀਂ ਭਾਈ, ਸੰਤ ਦੀ ਕੋਈ ਨਿੰਦਿਆ ਕਰ ਹੀ ਨਹੀਂ ਸਕਦਾ।
ਪਰ ਜਿਹੜੇ ਅਸੰਤ ਨੇ ਉਹਨਾਂ ਦਾ ਕੀ ਕਰੀ? ਉਹਨਾਂ ਬਾਰੇ ਤਾਂ ਸਾਨੂੰ ਵਿਚਾਰ ਕਰਨੀ ਪਵੇਗੀ। ਹੈ ਦੁਨੀਆ ਵਿੱਚ ਦੋਵੇਂ ਹੀ, ਸੰਤ ਵੀ ਹੈਗੇ ਅਸੰਤ ਵੀ ਹੈਗੇ, ਅਸਲੀ ਵੀ ਹੈਗੇ ਨਕਲੀ ਵੀ ਹੈਗੇ। ਚਲੋ ਸਾਡੇ ਕਹਿਣ 'ਤੇ ਨਾ ਮੰਨੋ, ਭਗਤ ਕਬੀਰ ਜੀ ਕਹਿੰਦੇ ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀਏ, ਸੰਤਨ ਤਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਚੱਖ ਮਾਰੀ, ਬੋਲਤ ਬੋਲਤ ਬੜੇ ਵਿਕਾਰ। ਤੋ ਗੱਲ ਕੀ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਇਸ ਕੰਮ ਵਿੱਚ ਮੇਰੀ ਸਹਾਇਤਾ ਮੇਰੇ ਸਤਿਗੁਰੂ ਨੇ ਕੀਤੀ, ਜਿਨ੍ਹਾਂ ਨੇ ਮੇਰੀ ਪ੍ਰੀਤ ਪਰਮਾਤਮਾ ਨਾਲ ਬਣਾ ਦਿੱਤੀ। ਅਤੇ ਪਰਮਾਤਮਾ ਨੇ ਕੀ ਕੀਤਾ, ਗੁਰੂ ਨੇ ਕੀ ਕੀਤਾ? ਜਿਨ ਦੁੱਖ ਕਾ ਕਾਟਿਆ ਕੇਤ, ਇਹ ਜਿਹੜਾ ਕੇਤ ਅੱਖਰ ਹੈ ਇਹ ਬਾਣੀ 'ਚ ਕਈ ਅਰਥਾਂ ਵਿੱਚ ਆਉਂਦਾ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਉੱਥੇ ਵੀ ਕੇਤ, ਹੋਰ ਵੀ ਕਈ ਜਗ੍ਹਾ 'ਤੇ ਕੇਤ ਅੱਖਰ ਹੁੰਦੇ। ਕਿਧਰੇ ਅਰਥ ਹੈ, ਕਿਸ ਲਈ, ਕਿਸ ਨੂੰ? ਮੇਰਾ ਕਹਿਣ ਦਾ ਮਤਲਬ ਸਾਰੀਆਂ ਪੰਗਤੀਆਂ 'ਤੇ ਐਟ ਏ ਟਾਈਮ ਯਾਦ ਵੀ ਨਹੀਂ ਹੁੰਦੀ, ਪਰ ਕੇਤ ਅੱਖਰ ਜਿਹੜਾ ਇਹ ਵੱਖ ਵੱਖ ਅਰਥਾਂ ਵਿੱਚ ਆਉਂਦਾ। ਇੱਥੇ ਕੇਤ ਦੇ ਅਰਥ ਕਈ ਵਿਦਵਾਨਾਂ ਨੇ ਝੰਡਾ ਕੀਤਾ ਵੀ ਜਿਹੜਾ ਦੁੱਖਾਂ ਦਾ ਝੰਡਾ ਚੁੱਲ ਰਿਹਾ ਸੀ ਉਹ ਖਤਮ ਕਰ। ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਰਾਹੂ ਕੇਤੀ ਦੀ ਗੱਲ ਕੀਤੀ। ਰਾਹੂ ਕੇਤੂ ਦੋ ਇਹੋ ਜਿਹੇ ਤਾਰੇ ਨੇ ਜਿਨ੍ਹਾਂ ਨੂੰ ਬੜਾ ਬਦਸ਼ਗਨ ਵਾਲੇ ਮੰਨੇ ਜਾਂਦੇ। ਇਹਨਾਂ ਨੂੰ ਬੋਧੀ ਵਾਲਾ ਤਾਰਾ ਵੀ ਕਹਿੰਦੇ ਨੇ, ਜੋ ਬੜਾ ਮਨਹੂਸ ਸਮਝਿਆ ਜਾਂਦਾ। ਗੱਲ ਕੀ, ਗੁਰੂ ਪਾਤਸ਼ਾਹ ਕਹਿੰਦੇ ਜਦੋਂ ਦਾ ਮੇਰਾ ਪਿਆਰ ਪਰਮਾਤਮਾ ਨਾਲ ਬਣਿਆ ਅਤੇ ਗੁਰੂ ਨੇ ਮੈਨੂੰ ਪਰਮਾਤਮਾ ਦੀ ਹਸਤੀ ਬਾਰੇ ਦੱਸਿਆ, ਹੁਣ ਤਾਂ ਦੁੱਖਾਂ ਦਾ ਉਹ ਬੋਧੀ ਵਾਲਾ ਤਾਰਾ, ਮਨਹੂਸ ਤਾਰਾ ਖਤਮ ਹੋ ਗਿਆ। ਤਥਾ ਉਹ ਦੁੱਖਾਂ ਦਾ ਝੰਡਾ ਜਿਹੜਾ ਚੁਲਦਾ ਸੀ ਉਹ ਕੱਟਿਆ ਗਿਆ। ਮੇਰਾ ਲਾਗੋ ਰਾਮ ਸਿਉਂ ਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ, ਰਹਾਉ ਹੱਥ ਦੇ ਰੱਖਿਓ ਆਪਣਾ ਘਰ, ਬਿਰਥਾ ਸਗਲ ਮਿਠਾਈ। ਸੱਚਮੁੱਚ ਜਿਹੜੇ ਗੁਰਮੁਖ ਪਰਮਾਤਮਾ ਦੀ ਓਟ ਲੈ ਲੈਂਦੇ, ਪੜ੍ਹੋ ਗੁਰੂ ਕੀ ਬਾਣੀ, ਹਰ ਜੀਉ ਨਿਮਾਣਿਆ ਮਾਣ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਤਬ ਪੈਰੀ ਪਾਏ, ਹੱਥ ਦੇ ਰੱਖਿਓ ਆਪਣਾ ਘਰ। ਬਸ ਜਿਹੜਾ ਪਰਮਾਤਮਾ ਨਾਲ ਪਿਆਰ ਪਾ ਲਵੇ ਉਹਨੂੰ ਫਿਰ ਪਰਮਾਤਮਾ ਆਪਣਾ ਬਣਾ ਕੇ ਹੱਥ ਦੇ ਕੇ ਰੱਖ। ਬਿਰਥਾ ਸਗਲ ਮਿਟਾਈ, ਉਹਦੀ ਸਾਰੀ ਪੀੜਾ, ਉਹਦਾ ਸਾਰਾ ਦਰਦ, ਉਹਦੇ ਸਾਰੇ ਦੁੱਖ
ਪਰਮਾਤਮਾ ਦੂਰ ਕਰ। ਹੁਣ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਤਾਂ ਕੋਈ ਰੈਡੀਮੇਡ ਮੰਤਰ ਦੱਸ ਦਿਓ, ਸ਼ਬਦ ਦੱਸ ਦਿਓ। ਨਹੀਂ ਭਾਈ, ਇਸ ਗੱਲ 'ਤੇ ਮਨ ਨੂੰ ਟਿਕਾਉਣ ਵਾਸਤੇ ਸਾਨੂੰ ਉਹਨਾਂ ਦੇ ਜੀਵਨ ਪੜ੍ਹਨੇ ਪੈਣਗੇ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਟੇਕ ਲਈ, ਚਾਹੇ ਉਹ ਧਰੂ ਭਗਤ ਜੀ ਹਨ, ਚਾਹੇ ਅਜਾ ਮਲਗਾ ਵਰਗਾ ਪਾਪੀ ਹੈ, ਭਾਵ ਕੋਈ ਵੀ ਹੈ, ਜਿਸ ਨੇ ਟੇਕ ਲਈ ਉਹਦਾ ਜੀਵਨ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇ। ਭਗਤ ਕਬੀਰ ਜੀ ਨੂੰ ਸਮੇਂ ਦੀਆਂ ਸਰਕਾਰਾਂ ਨੇ ਕਿੰਨੇ ਕਸ਼ਟ ਦਿੱਤੇ, ਨਾਮਦੇਵ ਜੀ ਨੂੰ ਕਿੰਨੇ ਕਸ਼ਟ ਦਿੱਤੇ, ਪਰ ਉਹ ਡੋਲੇ ਨਹੀਂ। ਅਤੇ ਹਰ ਜਗ੍ਹਾ ਪਰਮਾਤਮਾ ਨੇ ਉਹਨਾਂ ਦੀ ਲਾਜਪਤ ਰੱਖੀ। ਭਗਤ ਨਾਮਦੇਵ ਜੀ ਦੇ ਆਪਣੇ ਸ਼ਬਦ, ਨਾਮਾ ਸੁਲਤਾਨੇ ਬਾਦਲਾ, ਬਾਦਸ਼ਾਹ ਨੇ ਨਾਮਦੇਵ ਨੂੰ ਕੈਦ ਕਰ ਲਿਆ। ਦੇਖੋ ਤੇਰਾ ਹਰ ਬੀਠਲਾ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਮੈਂ ਅੱਜ ਤੇਰੇ ਰਾਮ ਦੀ ਸ਼ਕਤੀ ਦੇਖਣੀ, ਅੱਜ ਮੈਂ ਤੇਰੇ ਬੀਠਲ ਨੂੰ ਦੇਖਣਾ। ਇਹ ਭਗਤ ਜੀ ਦੇ ਆਪਣੇ ਉਚਾਰਨ ਕੀਤੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਬਾਦਸ਼ਾਹ ਨੇ ਕਿਹਾ, ਜਾਂ ਤਾਂ ਇਸ ਮਰੀ ਹੋਈ ਗਊ ਨੂੰ ਜਿਉਂਦਾ ਕਰ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂ। ਨਾਮਦੇਵ ਜੀ ਨੇ ਕਿਹਾ, ਬਾਦਸ਼ਾਹ ਐਸਾ ਕਿਵੇਂ ਹੋ ਸਕਦਾ, ਬਿਸਮਲ ਕੀਆ ਨਾ ਜੀਵੇ ਕੋਏ, ਜਿਹੜਾ ਮਰ ਜਾਏ ਉਹਨੂੰ ਜਿਉਂਦਾ ਕੌਣ ਕਰ ਸਕਦਾ। ਸੁਲਤਾਨ ਨੇ ਇੱਕ ਬੜੀ ਕਰੜੀ ਸ਼ਰਤ ਰੱਖੀ। ਹੁਣ ਜਦ ਤੱਕ ਅਸੀਂ ਇਹ ਚੀਜ਼ਾਂ ਪੜ੍ਹੀਏ ਨਾ, ਸਾਨੂੰ ਕਿਵੇਂ ਪਤਾ ਲੱਗੇ ਵੀ ਕਿੱਥੇ ਕਿੱਥੇ ਭਗਤਾਂ ਨੂੰ ਮੁਸ਼ਕਲ ਆਈ ਅਤੇ ਕਿੱਥੇ ਕਿੱਥੇ ਪਰਮਾਤਮਾ ਨੇ ਉਹਨਾਂ ਦੀ ਸਹਾਇਤਾ ਕੀਤੀ। ਤੋ ਗੱਲ ਕੀ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏ, ਹੱਥ ਦੇ ਰੱਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ, ਨਿੰਦਕ ਕੇ ਮੁੱਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਜਿਹੜੇ ਪਰਮਾਤਮਾ ਦੇ ਸੇਵਕਾਂ ਦੀ ਨਿੰਦਿਆ ਕਰਨ ਵਾਲੇ ਸਨ, ਉਹਨਾਂ ਦੇ ਮੂੰਹ ਕਾਲੇ ਹੋ ਗਏ, ਉਹਨਾਂ ਦੇ ਮੂੰਹ 'ਤੇ ਸਵਾਹ ਪੈ ਗਈ, ਉਹਨਾਂ ਨੂੰ ਲੋਕਾਂ ਨੇ ਫਿੱਟੇ ਮੂੰਹ ਕਿਹਾ। ਅਤੇ ਜਿਹੜਾ ਪਰਮਾਤਮਾ ਦਾ ਸੱਚਾ ਸੇਵਕ ਸੀ, ਉਹਦੀ ਪਰਮਾਤਮਾ ਨੇ ਲਾਜਪਤ ਰੱਖਿਆ। ਇਸੇ ਲਈ ਪਾਤਸ਼ਾਹ ਸਾਨੂੰ ਰੋਜ਼ ਕਹਿੰਦੇ ਹਨ, ਅਵਿਨਾਸ਼ੀ ਜੀਵਨ ਕਾ ਦਾਤਾ, ਸਿਮਰਤ ਸਭ ਮਲਖ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਾਹੁੜ ਦੁੱਖ ਨਾ ਹੋਈ, ਬਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਤੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬੰਚੈ, ਜਿਨ ਹਰ ਨਾਮ ਹਿਰਦੈ ਪਰੋਈ।
ਹੱਥ ਦੇ ਰੱਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ, ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ। ਆਖਿਆ ਉਹ ਸੱਚਾ ਸਾਹਿਬ ਜੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਤੱਕ, ਉਹ ਆਪਣੇ ਸੇਵਕਾਂ ਦਾ ਆਪ ਰਖਵਾਲਾ ਹੋਇਆ ਔਰ ਆਪਣੇ ਸੇਵਕਾਂ ਨੂੰ ਰਾਖ ਲੀਏ ਕੰਠ ਲਾਏ, ਗਲੇ ਨਾਲ ਲਾ ਕੇ ਰੱਖ ਲਏ। ਨਿਰਭਉ ਪਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਨਾਨਕ ਜੀ ਫਰਮਾਉਂਦੇ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ ਨਿਰਭਉ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਤਾਂ ਤੇ ਆਓ ਭਾਈ, ਅਸੀਂ ਵੀ ਗੁਰੂ ਕੀ ਬਾਣੀ ਤੋਂ ਪ੍ਰੇਰਨਾ ਲੈ ਕੇ ਪਰਮਾਤਮਾ ਦੀ ਸ਼ਰਨ ਵਿੱਚ ਆਈਏ। ਜਿਹਦਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਤੋ ਇਸ ਤਰ੍ਹਾਂ ਗੁਰੂ ਕੀ ਬਾਣੀ ਦੁਆਰਾ ਸਾਡਿਆਂ ਨੂੰ ਪਰਮੇਸ਼ੁਰ ਨਾਲ ਜੋੜਨ ਦੀ ਪ੍ਰੇਰਨਾ ਸਿੱਖਿਆ ਮਿਲ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।